ਨਮਸਕਾਰ ਐ ਆਕਾਸ਼ਵਣੀ ਜਲੰਧਰੇ ਖਬਰਾਂ ਦੀ ਸਪਲਿਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਕੇ ਬਾਦ ਪਲੇ ਸੀਨੀਅਰ ਨੇਤਾ ਨਰਿੰਦਰ ਮੋਦੀ ਆ ਜੁਡੀਸ਼ੀਆ ਵਿੱਚ ਕੰਡਮਾਰ ਬਲਾਘੀਰ ਤੇ ਬਾਰਗੜ ਲੋਕ ਸਭਾ ਸੀਟਾਂ ਵਿੱਚ ਤਿੰਨ ਰੈਡੀਅਨ ਸੰਬੋਧਨ ਕਰਨਗੇ ਕਾਂਗਰਸ ਦੀ ਜਨਰਲ ਸਕੱਤਰ ਪ੍ਰੇੰਕਾ ਗਾਂਧੀ ਯੋਤਰੀ ਮਹਾਰਾਸ਼ਟਰ ਦੇ ਕਬੈਦੀ ਬੋਹਲ ਨਦੂਰਵਰ ਜ਼ਿਲ੍ਹੇ ਵਿੱਚ ਇੱਕ ਟੂਰ ਰੈਲੀ ਨੂੰ ਸੰਬੋਧਨ ਕਰਨਗੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਕੱਲ ਚੌਥੇ ਦਿਨ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਅਤਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਵਿੱਚ ਬੀਤੀ ਸ਼ਾਮ ਕਈ ਇਲਾਕਿਆਂ ਵਿੱਚ ਤੇਜ਼ ਹਨੇਰੀ ਚੱਖਣ ਨਾਲ ਜਨਜੀਵਨ ਅਸਥ ਵਿਅਸ ਪਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਅੱਜ ਉੜੀਸ਼ਾ ਵਿੱਚ ਕੰਦਮਾਲ, ਬਲਾਂਗੀਰ ਅਤੇ ਬਾਰਗੜ ਲੋਕ ਸਭਾ ਸੀਟਾਂ ਵਿੱਚ ਤਿੰਨ ਰਾਡੀਆਂ ਨੂੰ ਸੰਬੋਧਨ ਕਰਨਗੇ ਅਤੇ ਰਾਜ ਵਿੱਚ ਦੋ ਦਿਨਾਂ ਪ੍ਰਚਾਰ ਦੌਰੇ ਤਹਿਤ ਬੀਤੀ ਸ਼ਾਮ ਭੁਵੇਂਸ਼ਵਰ ਪਹੁੰਚੇ ਉਹ ਭੁਵੇਂਸ਼ਵਰ ਵਿੱਚ ਇੱਕ ਰੋਡ ਸ਼ੋਅ ਦੀ ਅਗਵਾਈ ਵੀ ਕਰਨਗੇ ਕਿਉਂਕਿ ਭਾਜਪਾ ਦਾ ਉਦੇਸ਼ ਚਾਰ ਪ੍ਰਾਮਾ ਵਿੱਚ ਇਸਕੇ ਮਹੀਨੇ ਦੀ 13 ਤਰੀਕ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਉੜੀਸ਼ਾ ਵਿੱਚ ਆਪਣੇ ਪ੍ਰਦਰਸ਼ਨ ਨੂੰ ਮਜ਼ਬੂਤ ਕਰਨਾ ਹੈ ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਲਈ ਸੁਰੱਖਿਆ ਦੇ ਮੁਖਤਾ ਇੰਤਜ਼ਾਮ ਕੀਤੇ ਗਏ ਨੇ। ਲੋਕ ਸਭਾ ਚੋਣਾਂ ਦੇ ਚੌਥੇ ਗੀੜੀ ਚੋਣ ਪ੍ਰਚਾਰ ਤੇਜ਼ ਹੋ ਗਿਆ। ਚੌਥੇ ਗੀੜੀ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਇਸ ਗੀੜ ਵਿੱਚ ਸੋਮਵਾਰ ਨੂੰ ਵੋਟਾਂ ਪੈਣਗੀਆਂ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੋਟਰਾਂ ਨੂੰ ਲੁਭਾਉਣ ਲਈ ਰਾਜਾਂ ਦਾ ਦੌਰਾ ਕਰ ਰਹੇ ਨੇ, ਤੇ ਰੈਡੀਆਂ ਕਰ ਰਹੇ ਨੇ। ਇਸ ਵੇਲੇ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦਾ ਪਿਛਲੇ 10 ਸਾਲਾਂ ਦੌਰਾਨ ਦੇਸ਼ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਦਾ ਟ੍ਰੈਕ ਰਿਕਾਰਡ ਹੈ ਤੇ ਕਿਹਾ ਕਿ ਕਾਂਗਰਸ ਕੋਲ ਆਪਣੇ ਪਿਛਲੇ ਕਾਰਜਕਾਲ ਦੌਰਾਨ ਵਿਰਾਸਤੀ ਰਾਜਨੀਤੀ ਤੇ ਭ੍ਰਿਸ਼ਟਾਚਾਰ ਦਾ ਰਿਕਾਰਡ ਹੈ ਉਹਨਾਂ ਲੋਕਾਂ ਨੂੰ ਵੋਟ ਪਾਉਣ ਲਈ ਪਾਰਟੀ ਦੀ ਚੋਣ ਕਰਨ ਸਮੇਂ ਸचेਤ ਰਹਿਣ ਲਈ ਕਿਹਾ ਹైదరాబాద్ ਵਿੱਚ ਐਲਬੀ ਸਟੇਡੀਅਮ ਵਿੱਚ ਅਯੋਜਿਤ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਗਲੇ ਮਹੀਨੇ 4 ਤਰੀਕ ਨੂੰ ਦੇਸ਼ ਦੀ ਜਿੱਤ ਹੋਵੇਗੀ ਉਹਨਾਂ ਨੇ ਕਿਹਾ ਕਿ ਤਿੰਨ ਤ락 ਦਾ ਵਿਰੋਧ ਕਰਨ ਵਾਲਿਆਂ ਦੀ ਜਿੱਤ ਹੋਣੀ ਚਾਹੀਦੀ ਹੈ ਤੇ ਵਿਚਾਰਾ 370 ਨੂੰ ਰੱਦ ਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਹਾਰ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਪੁਲਾੜ ਅਰਥ ਵਿਵਸਥਾ ਵਰਗੇ ਹਰ ਖੇਤਰ ਵਿੱਚ ਸ਼ਕਤੀਸ਼ਾਲੀ ਬਣ ਗਿਆ ਤੇ ਇਹ ਮੋਦੀ ਦਾ ਟ੍ਰੈਕ ਰਿਕਾਰਡ ਹੈ ਉਹਨਾਂ ਵੀ ਦੋਸ਼ ਰਾਇਆ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਤੱਤਵ ਵਾਪਸ ਆਵੇਗਾ ਤੇ ਕਾਂਗਰਸ ਦੇਸ਼ ਨੂੰ ਜਾਂਚ ਅਸਲ ਤੇ ਧਰਮ ਦੇ ਜ਼ਾਫਤੇ ਬਣ ਰਹੀ ਹੈ ਮਹਾਕਾਵਤੇ ਉਪ ਨਿਸ਼ਾਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਰਤ ਦਾ ਵਿਚਾਰ ਵਸੂਦੇਵ ਕੁਟੰਕਮ ਸਤਿਅਮੇਵ ਜਯਤੇ बुद्धम शरणम गतामिते अहिंसा परमो धर्मे इसरण एआईसीसी ਦੇ ਪ੍ਰਧਾਨ ਮਲਕਰ ਜਨ ਖੜਗੇ ਨੇ ਨਕਰੇ ਕਲ ਵਿਖੇ ਵਿਖੇ ਚੋਣ ਪ੍ਰਚਾਰ ਕੀਤਾ ਉਹਨਾਂ ਨੇ ਭਾਜਪਾ ਦੀ ਲੋਚਨਾ ਕੀਤੀ ਕਿ ਵੋਟਾਂ ਮੰਗਣ ਸਮੇਂ ਆਪਣੀਆਂ ਪ੍ਰਾਪਤੀਆਂ ਤੇ ਚੋਣ ਮਨੋਰਥ ਪੱਤਰ ਬਾਰੇ ਗੱਲ ਨਹੀਂ ਕਰੀ ਮੁੱਖ ਮੰਤਰੀ ਰੇਵੰਤ రెడ్డి ਨੇ ਸ਼ਾਦਨਗਰ ਵਿਖੇ ਕਮੇਟੀ ਨੂੰ ਸੰਬੋਧਨ ਕੀਤਾ ਬੀਆਰਐਸ ਮੁਖੀ ਕੇ ਚੰਦਰ ਸ਼ੇਖਰ राव ਨੇ ਸਿਰਸੀਲਾ ਵਿਖੇ ਰੋਡ ショ ਕੀਤਾ ਤੇ ਬਾਅਦ ਵਿੱਚ ਸ੍ਰੀਦੀਪੇਟ ਵਿੱਚ ਕੀ ਗੰਸਾਵਾਂ ਨੂੰ ਸੰਬੋਧਨ ਕੀਤਾ ਕਾਂਗਰਸ ਦੀ ਜਨਰਲ ਸਕੱਤਰ ਪ੍ਰੇਨਕਾ ਗਾਂਧੀ ਅੱਜ ਸਵੇਰੇ 11 ਵਜੇ ਉੱਤਰੀ ਮਹਾਰਾਸ਼ਟਰ ਦੇ ਕਬੈਲੀ ਬਫਲ ਨਦੂਰਵਰ ਜ਼ਿਲ੍ਹੇ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਕੇ ਪ੍ਰੇਨਕਾ ਗਾਂਧੀ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਮੌਜੂਦਾ ਬਰਾਕੇਸੀ ਦੇ ਪੁੱਤਰ ਐਡਵੋਕੇਟ ਗੋਵਲ ਬੜਗ ਗੋਵਲ ਪੜਵੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਈ ਗੋਲਵੜਵੀ ਸੀਟ ਤੋਂ ਦੋ ਵਾਰ ਸੰਸਦ ਰਹ ਚੁੱਕੀ ਹਿਨਾ ਗਾਵਿੱਦੇ ਖਿਲਾਫ ਆਪਣੀ ਪਹਿਲ ਲਈ ਆਮਚੋਲ ਲੜ ਰਹੇ ਨੇ ਆਪਣੀ ਭਾਰਤ ਚੋੜੋ ਨਿਆ ਯਾਤਰਾ ਦਰਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਾਰਚ ਵਿੱਚ ਨਾ ਦੂਰਵਾਰ ਦਾ ਦौरा ਕੀਤਾ ਤੇ ਨੇਤਾ ਨੇ ਆਦੀਵਾਸੀ ਨਿਆਂ ਦੇ ਤਖਤੇ ਹੇਠ ਪੰਜ ਗਰੰਟੀਆਂ ਦਾ ਐਲਾਨ ਕੀਤਾ ਅੱਜ ਪੱਜਬਾਦੀ ਸੀਨੀਅਰ ਅਗੂ ਤੇ ਗ੍ਰਹਿ ਮੰਤਰੀ ਮਿਸ਼ਾਨੇ ਦੋਸ਼ ਰਏ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਨੇ ਵੀਰ ਭੂਮ ਜ਼ਿਲ੍ਹੇ ਵਿੱਚ ਸੈਰ ਸਵੱਟੇ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ ਉਹਨਾਂ ਦਾਅਵਾ ਕੀਤਾ ਕਿ ਪੱਜਬਾ ਸੱਤਾ ਵਿੱਚ ਆਉਣ ਤੇ ਇਸ ਜ਼ਿਲ੍ਹੇ ਦੇ ਧਾਰਮਿਕ ਸਥਾਨਾਂ ਦਾ ਵਿਕਾਸ ਕਰੇਗੀ ਸ਼੍ਰੀ ਸ਼ਾ ਕਲਵੀਰ ਭੂਮ ਦੇ ਚੱਕ ਪਾੜਾ ਤਾਰਾ ਪੀਠ ਰੋਡ ਤੇ ਪਾਰਟੀ ਦੇ ਵੀਰ ਭੂਮ ਲੋਕ ਸਭਾ ਉਮੀਦਵਾਰ ਦੇ ਸਮਰਥਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ ਗੁਜਰਾਤ ਵਿੱਚ ਦਹੌਦ ਲੋਕ ਸਭਾ ਸੀਟ ਦੇ ਦੀਨ ਰਥਮਪੁਰ ਪੋਲਿੰਗ ਸਟੇਸ਼ਨ ਤੇ ਅੱਜ ਮੁਰ ਵੋਟਿੰਗ ਹੋ ਰਹੀ ਹੈ ਵੋਟਾਂ ਜੋ ਸਵੇਰੇ 7 ਵਜੇ ਸ਼ੁਰੂ ਹੋਈਆਂ ਨੇ ਸ਼ਾਮ 6 ਵਜੇ ਤੱਕ ਪੈਣਗੀਆਂ ਚੋਣ ਕਮਿਸ਼ਨ ਨੇ 7 ਮਈ ਨੂੰ ਮਤਦਾਨ ਵਿੱਚ ਬੇਨਿਯਮੀਆਂ ਦੀਆਂ ਖਬਰਾਂ ਦੇ ਬਾਅਦ ਮਈਸਾਗਰ ਜ਼ਿਲ੍ਹੇ ਦੇ ਸੰਤਰਾਮਪੁਰ ਤਾਲੂਕਾ ਦੇ ਪ੍ਰਥਮਪੁਰ ਪੋਲਿੰਗ ਸਟੇਸ਼ਨ ਤੇ ਨਵੇਂ ਸਿਰਤੋਂ ਚੋਣ ਆਗਰੰਤਾ ਹੁਕਮ ਦਿੱਤਾ ਸੀ ਇਹ ਖਬਰਾਂ ਤੁਸੀਂ ਆਕਾਸ਼वाणी ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਕੱਲ ਚੌਥੇ ਦਿਨ 13 ਲੋਕ ਸਭਾ ਹਲਕਿਆਂ ਦੀ ਕੁੱਲ 82 ਉਮੀਦਵਾਰਾਂ ਨੇ 95 ਨਾਮਜ਼ਦਗੀ ਪੱਤਰ ਦਾਖਲ ਕੀਤੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ 7 ਤੋਂ 10 ਮਈ ਤੱਕ 13 ਲੋਕ ਸਭਾ ਹਲਕਿਆਂ ਵਿੱਚ 143 ਉਮੀਦਵਾਰਾਂ ਨੇ 163 ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਕੱਲ ਗੁਰਦਾਸਪੁਰ ਤੋਂ 9 ਉਮੀਦਵਾਰਾਂ ਨੇ 14 ਅੰਮ੍ਰਿਤਸਰ ਤੋਂ 6 ਉਮੀਦਵਾਰਾਂ ਨੇ 8 ਕੜੂਰ ਸਾਹਿਬ ਤੋਂ 3 ਅਤੇ ਜਲੰਧਰ ਤੋਂ 6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹੁਸ਼ਿਆਰਪੁਰ ਤੋਂ ਪੰਜ ਉਮੀਦਵਾਰਾਂ ਨੇ ਸਤ ਅਨੰਦਪੁਰ ਸਾਹਿਬ ਤੋਂ ਸੱਤ ਉਮੀਦਵਾਰਾਂ ਨੇ ਨਾਉਂਟੇਰ ਲੁਧਿਆਣਾ ਤੋਂ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਫਟੇਗੜ ਸਾਹਿਬ ਤੋਂ 6 ਉਮੀਦਵਾਰਾਂ ਵੱਲੋਂ 8 ਫਰੀਦਕੋਟ ਤੋਂ 8 ਮਠੰਡਾ ਤੋਂ 7 ਸੰਗਰੂਰ ਤੋਂ 4 ਪਟਿਆਲਾ ਤੋਂ 5 ਫਿਰੋਜ਼ਪੁਰ ਤੋਂ 4 ਉਮੀਦਵਾਰਾਂ ਨੇ ਸੂਬੇ ਵਿੱਚ ਨਾਮਜ਼ਦਗੀਆਂ 14 ਮਈ ਤੱਕ ਭਰੀਆਂ ਜਾ ਸਕਣਗੀਆਂ ਪਰ 11 ਤੇ 12 ਮਈ ਨੂੰ ਗੈਸਟ੍ਰੇਟ ਛੁੱਟੀ ਹੋਣ ਕਾਰਨ ਕਾਗਜ਼ ਜਮਾ ਨਹੀਂ ਹੋਣਗੇ ਬ 15 ਮਹੀਨوں ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 17 ਮਹੀਨਾਂ ਨਾਮਜ਼ਦਗੀ ਵਾਸਤੇ ਲੰਦੀ ਆਖਰੀ ਤਰੀਕ ਹੈ ਸੂਬੇ ਦੀਆਂ ਸਾਰੀਆਂ 138 ਲੋਕ ਸਭਾ ਸੀਟਾਂ ਤੇ ਪਹਿਲੀ ਜੋਂ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਸੰਭਾਵੀ ਹਾਰ ਨੂੰ ਵੇਖ ਕੇ ਬਖਲਾਹਟ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਮੀਤਵਾਰਾਂ ਦੀ ਨਾਮਜ਼ਦਗੀ ਰੋਕਣ ਦੀ ਸਾਜਿਸ਼ ਸਾਜਿਸ਼ੀ ਮੰਸੂਬੇ ਉਤੇ ਉਤਰਾਇਆ ਇਲਜ਼ਾਮ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰupani ਨੇ ਜਲੰਧਰ ਵਿੱਚ ਕੱਲ ਇੱਕ ਪ੍ਰੈਸ ਕਾਨਫਰੰਸ ਤਨਾਨ ਲਗਾਈ ਭਾਜਪਾ ਉਮੀਦਵਾਰਾਂ ਖਿਲਾਫ ਆਮ ਆਦਮੀ ਪਾਰਟੀ ਦੀ ਸਾਜਿਸ਼ ਵੰਦੀ ਬਹਿਰਵਾਦ ਨੇ ਦਰਜਾ ਕੀਤਾ ਜਿਵੇਂ ਕਿ ਸਾਰੇ ਨੂੰ ਪਤਾ ਹੀ ਸੀ ਕਿ 10 ਮਈ ਤੋਂ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀ ਰਾਮ ਕਰਨੀ ਹੈ ਤਾਂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਮਨੀਤ ਬਿੱਟੂ ਨੂੰ ਬੀਤੇ ਕੱਲ੍ਹ ਦੀ ਰਾਤ ਕਾਲ ਸਰ ਦਾਖਲ ਕਰਨ ਲਈ ਜ਼ਰੂਰੀ ਲੋੜੀਂਦੀ ਐਨਓਸੀ ਨਾ ਦੇਣ ਦੇ ਬਹਾਨੇ ਨਾਲ 1.82 ਲੱਖ ਰੁਪਏ ਦੇ ਬਕਾਇਆ ਦਾ ਨੋਟਿਸ ਦਿੱਤਾ ਗਿਆ ਉਹਨਾਂ ਦੱਸਿਆ ਕਿ ਸਰਕਾਰ ਦੱਸੇ ਕਿ ਦੀ ਰਾਤ ਨੂੰ ਕਿਹੜਾ ਸਰਕਾਰੀ ਦਫ਼ਤਰ ਖੁੱਲ੍ਹਾ ਹੁੰਦਾ ਹੈ ਵੀ ਜੈ ਰਵਾਨੀ ਨੇ ਦੱਸਿਆ ਕਿਸੇ ਤਰ੍ਹਾਂ ਬਠਿੰਡਾ ਤੋਂ ਭਾਜਪਾ ਮੀਤਵਾਰ ਪਰਮਰਾਜ ਕੌਰ ਸਿੱਧੂ ਮਲੂਕਾ ਨੂੰ ਐਨਓਸੀ ਨਾ ਦੇਣ ਦੀ ਸਾਜਿਸ਼ ਤੇ ਨੋਟਿਸ ਦਿੱਤਾ ਗਿਆ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਇਸ ਟੱਕੜ ਰਵਈਏ ਦਾ ਜ਼ੋਰਦਾਰ ਵਿਰੋਧ ਕਰਦੀ ਹੈ ਤੇ ਇਸ ਬੰਦੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ ਕਿ ਸੂਬੇ ਵਿੱਚ ਸੁਕਾਵੇਂ ਮਾਹੌਲ ਵਿੱਚ ਪਾਰਦਰਸ਼ੀ ਟੰਗ ਨਾਲ ਆਮ ਚੋਣਾਂ ਸਹੀ ਚੜ੍ਹਨ ਲਈ ਸੂਬਾ ਸਰਕਾਰ ਉੱਤੇ ਦਬਾਅ ਪਟਿਕੜ ਸਰਦੇ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿਲ ਵੱਲੋਂ ਬਣਾਈਆਂ ਸ੍ਰੀਪਤੀਮਾ ਨਈ ਯੂਨੀਵਰਸ ਗਰੁੱਪ ਆਫ ਕਾਲਜ ਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਸਹਿਤ ਜਿਹੜੀ ਸਵੀਪ ਅਫਸਰ ਜੋਬਨਦੀਪ ਕੋਰਨੇਜਸਟਾ ਕਿਲੋ ਸਭਾ ਚੋਣਾਂ ਵਿੱਚ ਵੋਟਿੰਗ ਦਰ ਵਧਾਉਣ ਵਾਸਤੇ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਇਸ ਵਾਰ 70% ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ ਪਾਰਤੀ ਮੌਸਮ ਵਿਭਾਗ ਨੇ ਸੋਮਵਾਰ ਤੱਕ ਦశ్ਤਰ ਕੇਂਦਰੀ ਪੂਰਬੀ ਤੇ ਦੱਖਣੀ ਪ੍ਰਾਇਦੀਪ ਦੇ ਹਿੱਸਿਆਂ ਵਿੱਚ ਗਰਜ ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ਾਨਗੀ ਕੀਤੀ ਹੈ ਏਜੰਸੀ ਨੇ ਕਿਹਾ ਕਿ ਕੱਲ ਤੱਕ ਪੱਛਮੀ ਬੰਗਾਲ ਤੇ ਸਿੱਖੰ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੇ ਹੁਫਤਾਰ ਨਾਲ ਤੂਫਾਨ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਉੱਧਰ ਕਈ ਦਿਨਾਂ ਦੀ ਤੇਜ਼ ਗਰਮੀ ਤੋਂ ਬਾਅਦ ਬੀਤੀ देर शाम ਦਿੱਲੀ ਤੇ दिल्ली ਤੇ ਰਾਜستانی ਖੇਤਰਾਂ ਸੀਆਰ ਵਿੱਚ ਧੂੜ ਭਰੀ ਹਨੇਰੀ ਆਈ ਸ਼ਹਿਰ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਦਸਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਕਈ ਦਰਖਤ ਤੇ ਵੱਡੀਆਂ ਟਾਹਣੀਆਂ ਡਿੱਗ ਪਈਆਂ ਤੇ ਆਵਾਜਾਈ ਪ੍ਰਭਾਵਿਤ ਹੋਈ ਹਰਾ ਮੌਸਮ ਕਾਰਨ ਦੋ ਫਲਾਈਟਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਇਸਲਾ ਵਿੱਚ ਏਜੰਸੀ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ ਇਸ ਹਫਤੇ ਦਿੱਲੀ ਵਿੱਚ ਸਿਜ਼ਨ ਦਾ ਸਭ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅੰਦਰਜ ਕੀਤਾ ਹੈ ਮੌਸਮ ਵਿਭਾਗ ਨੇ ਅੱਜ ਮੀਂਹ ਦੇ ਨਾਲ ਤੂਫਾਨ ਦੀ ਵਿਭਵਿਕਵਾਨੀ ਕੀਤੀ ਹੈ ਤੇ ਵੱਧ ਤੋਂ ਵੱਧ ਠੱਟੂ 39 ਤੇ 29 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਬਰਕਰਾਰਾਈ ਹੈ ਇਧਰ ਪੰਜਾਬ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੀਤੀ ਸ਼ਾਮ ਜਲੰਧਰ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਆਏ ਤੇਜ਼ ਹਨੇਰੀ ਚੱਕਰ ਨਾਲ ਜਨਜੀਵਨ ਅਸਤਵਸਤ ਹੋ ਗਿਆ ਤੇ ਕਈ ਇਲਾਕਿਆਂ ਵਿੱਚ ਬਿਜਲੀ ਘੱਲੋਗੀ ਮੌਸਮ ਵਿਭਾਗ ਨੇ 13 ਮਈ ਤੱਕ ਕਮੀ ਤੇ ਹਨੇਰੀ ਚੱਕਰ ਸੰਬੰਧੀ ਜਲ ਅਲਰਟ ਪਹਿਲਾਂ ਹੀ ਜਾਰੀ ਕੀਤਾ ਹੋਇਆ ਹੈ ਅੱਜ ਸਮੁੱਚੇ ਪੰਜਾਬ ਵਿੱਚ ਮੀਂਹ ਤੇ ਹਨੇਰੀ ਚੱਕਰਵਾਲਾ ਮੌਸਮ ਬਣਿਆ ਰਹੇਗਾ। ਕੱਲ ਤੱਕ ਤਨਸਨ, ਫਰੂਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਖਤਸਰ, ਮੋਗਾ, ਬਠਿੰਡਾ, ਬਨਾਲਾ, ਮਾਨਸਾ, ਸੰਗਰੂਰ ਤੇ ਮਲੇਰਕੋਟਲਾ, ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਦੇ ਹੋਰਨਾਂ ਸਾਰੇ ਜ਼ਿਲ੍ਹਿਆਂ ਵਿੱਚ ਗਰਜ ਨਾਲ ਗਰਜ ਦੀ ਚਮਕ ਨਾਲ ਮੀਂਹ ਪੈ ਸਕਦਾ ਹੈ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵਗ ਸਕਦੀਆਂ ਨੇ ਇਸੇ ਤਰ੍ਹਾਂ 13 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਤੇਲਾਂ ਵਿੱਚ ਮੀਂਹ ਤੇ ਹਨੇਰੀ ਚੱਕਰਵਾਲਾ ਮੌਸਮ ਬਣਿਆ ਰਹੇਗਾ। ਮ ਸਾਵਧਾਨੀ ਵਰਤਣ ਦੀ ਸਲਾਹ ਦਿੰਦੀ ਹੈ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ ਸੁਣ ਲੋ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਅਜੂਡੀਸ਼ਾ ਵਿੱਚ ਕੰਦਮਾਲ ਬਲਾਗੀ ਤੇ ਬਾਰਗੜ ਲੋਕ ਸਭਾ ਹਲਕਿਆਂ ਵਿੱਚ ਚਿੰਤ ਰੈਲੀ ਨੂੰ ਸੰਬੋਧਨ ਕਰਨਗੇ ਕਾਂਗਰਸ ਦੇ ਜਨਰਲ ਸਕੱਤਰ ਪ੍ਰੇਮਤਾ ਗਾਂਧੀ ਅਜੂਤਰੀ ਮਹਾਰਾਸ਼ਟਰ ਦੇ ਕਬੈਲੀ ਬੋਹਲ ਨਦੂਰਵਰ ਜ਼ਿਲ੍ਹੇ ਵਿੱਚ ਇੱਕ ਟੂਰ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਕਲਪ ਚੌਕ ਸਚਨ ਵਿਆਸਵੀ ਮੀਜ਼ਬਾ ਰਾਮ ਵੱਲੋਂ 95 ਨਾਮਜ਼ਦਗੀ ਪੱਤਰ দাখিল ਕੀਤੇ ਗਏ ਇਸ ਨਾਲ ਹੀ ਆਕਾਸ਼ਵਾਨੀ ਜਲੰਧਰ ਤੋਂ ਖਬਰਾਂ ਦਾ ਰੈਪੋਰਟ ਖਤਮ ਹੁੰਦਾ ਹੈ ਨਮਸਕਾਰ